जलंधर दे प्रेस क्लब च इंटरनेशनल पगड़ी कोच भुपिंदर सिंह ने अखां ते पट्टी बन के 6 मीटर दी पग नूं सिर्फ 29 सैकंड च ही बन दिता। कई पंजाबी नौजवान किन्ना समा लगा के भी पग बनन च असफल रहिंदे हन। इसे तरह ही उन्होंने कई बार पग बन्नी पर उन्हां दा समा 28 तों 29 सैकंड विचकार ही रहा। अते इस दे नाल ही उन्होंने नौजवानों नूं कुछ तरीके भी दसे कि किस तरह ओह आसानी दे नाल पग बन सकते हैं। इस दे नाल ही उन्होंने कहा कि उन्हां दा सपना है कि वह इसे तरह सब तो तेज पग बन के अपना नाम गिनीज बुक ऑफ वर्ल्ड रिकॉर्ड च दर्ज करवा के प्रसिद्धि हासिल करन। ਇਹ ਜਿਹੜਾ ਰਿਕਾਰਡ ਜੀ ਅੱਜ ਆਪਾਂ ਬਣਾਇਆ ਇਹ 29 ਸੈਕਿੰਡ ਦੇ ਵਿੱਚ ਅੱਖਾਂ 'ਤੇ ਪੱਟੀ ਬੰਨ੍ਹ ਕੇ 6 ਮੀਟਰ ਦੀ ਰੁਬੀਆ ਵੈਲ ਦੀ ਪੱਗ ਹੈ ਜਿਹੜੀ ਉਹ ਡੰਮੀ ਦੇ ਸਿਰ 'ਤੇ ਬੰਨ੍ਹੀ ਹੈ ਜੀ। ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਦੇ ਵਿੱਚ ਬੰਨ੍ਹੀ ਹੋਈ ਪੱਗ ਜਿਹੜਾ ਅੱਜ ਇਹ ਰਿਕਾਰਡ ਬਣਿਆ। ਸੋ ਇਹ ਮੈਂ ਉਮੀਦ ਕਰਦਾ ਇਹ ਰਿਕਾਰਡ ਜਿਹੜਾ ਮੇਰਾ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਲੈ ਕੇ ਜਾਣ ਉਮੀਦ ਕਰਦੇ। ਜਿੱਥੇ ਅੱਜ ਦੇ ਪੰਜਾਬੀ ਨੌਜਵਾਨ ਪੱਗਾਂ ਬੰਨ੍ਹਣੀਆਂ ਭੁੱਲਦੇ ਜਾ ਰਹੇ ਹਨ ਅਤੇ ਆਪਣੇ ਕੇਸ ਵੀ ਕਤਲ ਕਰਵਾ ਰਹੇ ਹਨ, ਉੱਥੇ ਉਹਨਾਂ ਨੌਜਵਾਨਾਂ ਲਈ ਭੁਪਿੰਦਰ ਸਿੰਘ ਇੱਕ ਪ੍ਰੇਰਨਾ ਸਰੋਤ ਬਣ ਕੇ ਸਾਹਮਣੇ ਆਇਆ ਹੈ। ਜਲੰਧਰ ਤੋਂ ਅਸ਼ਵਨੀ ਮਲਹੋਤਰਾ, ਜਗਬਾਣੀ ਟੀਵੀ ਲਈ।